ਐਮਰਿਕ ਸਿੰਘ ਕੈਲੀਫੋਰਨੀਆ ਤੋਂ ਜਿਵੇਂ ਕਿ ਆਪਣੇ ਟਿਕਟੌਕ ਦੇ ਉੱਪਰ ਮੈਂ ਪਾਈ ਸੀ ਕਿ ਵੀਡੀਓ ਕਿ ਮੈਂ ਕੋਸ਼ਿਸ਼ ਕਰਾਂਗਾ ਸਾਰੇ ਸਵਾਲ ਜਿਹੜੇ ਉਹਨਾਂ ਨੂੰ ਅਸੈਂਬਲ ਕਰਕੇ ਤੇ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ ਇਸ ਵੀਡੀਓ ਵਿੱਚ ਆਪਾਂ EIIDL ਦੇ ਰਿਲੇਟਡ ਜਿਹੜੇ ਆ ਸਵਾਲ ਜਵਾਬ ਕਰਾਂਗੇ PPP ਦੇ ਉੱਪਰ ਵੀ ਮੈਂ ਇੱਕ ਵੀਡੀਓ ਪਾਵਾਂਗਾ ਉਹ ਵੀ ਬਹੁਤ ਜ਼ਰੂਰੀ ਵਿਸ਼ਾ ਹੈ ਕਿਉਂਕਿ ਘੱਟ ਜਾਣੀ ਕਰੀ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਵੀ ਕਈ ਬਾਹਰੋਂ ਕਮਿਊਨਟੀਆਂ ਜੋ ਮਾੜੇ ਆਨਸਰ ਚ ਦੋ ਹਰ ਇੱਕ ਚ ਕਮਿਊਨਿਟੀ ਚ ਹੁੰਦੇ ਹੀ ਮਾੜੇ ਆਨਸਰ ਆਨਵੜੇ ਜਿਨ੍ਹਾਂ ਨੇ ਕਟ ਜਾਣਕਾਰੀ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਤੇ ਮੈਂ ਵੀਡੀਓ ਪਾਵਾਂਗਾ ਬੜੀ ਹੀ ਜ਼ਰੂਰੀ ਜੀ ਵੀਡੀਓ ਉਹ ਵਾਲੀ ਵੀ ਤੇ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਆਪਣੇ ਕਿਸੇ ਸਕੇ ਸਬੰਧੀ ਚਾਹਣ ਵਾਲੇ ਸੱਜਣ ਮਿੱਤਰ ਨੂੰ ਵੀ ਤੁਸੀਂ ਪ੍ਰੋਟੈਕਟ ਕਰ ਸਕਦੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆ ਸਿਰਫ ਈ ਆਈ ਡੀ ਐਲ ਦੇ ਆਸ-ਪਾਸ ਬਹੁਤ ਸਾਰੇ ਸਵਾਲ ਲਗਭਗ ਰਲਦੇ ਮਿਲਦੇ ਸੀਗੇ ਸਭ ਤੋਂ ਮੇਨ ਇੱਕ ਸਵਾਲ ਆ ਰਿਹਾ ਸੀਗਾ ਕਿ ਈਮੇਲ ਈਮੇਲ ਜਾਂ ਤਾਂ ਕਿਸੇ ਕੋ ਐਕਸੀਡੈਂਟਲੀ ਡਿਲੀਟ ਹੋ ਗਈ ਜਾਂ ਕਿਸਦਾ ਈਮੇਲ ਕਵਾਜ ਦੀ ਈਮੇਲ ਲੱਭ ਨਹੀਂ ਰਹੀ ਹੁਣ ਈਮੇਲ ਆਊਗੀ ਕਿੰਨੋਂ ਸਭ ਤੋਂ ਪਹਿਲਾਂ ਈਮੇਲ ਉਹਨਾਂ ਨੂੰ ਆਊਗੀ ਜਿਨ੍ਹਾਂ ਨੇ ਪਹਿਲਾਂ ਈ ਆਈਡੀ ਆ ਲੋਨ ਅਪਲਾਈ ਕੀਤਾ ਪਿਛਲੇ ਸਾਲ ਜਿਨ੍ਹਾਂ ਨੇ ਅਪਲਾਈ ਕੀਤਾ ਭਾਵੇਂ April May ਤੋਂ ਬਾਅਦ ਜਾਂ ਜਦੋਂ ਇਹ ਸਕੀਮ ਲਾਂਚ ਹੋਈ ਹੈ ਲਾਸਟ ਈਅਰ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਜਿਨ੍ਹਾਂ ਨੇ ਵੀ ਕਿਸੇ ਨੇ ਅਪਲਾਈ ਕੀਤਾ ਭਾਵੇਂ ਉਹ ਨੀਜੀਬਲ ਸੀਗੇ ਨਹੀਂ ਐਲੀਜੀਬਲ ਸੀਗੇ ਉਹ ਗੱਲ ਵੱਖਰੀ ਹੈ ਈਮੇਲ ਪਰ ਉਹਨਾਂ ਨੂੰ ਉਹਨਾਂ ਨੂੰ ਹੀ ਆਊਗੀ हां जी ਤੁਸੀਂ ਕਿਸੇ ਦੀ ਮਦਦ ਲੈ ਕੇ ਆਈ ਆਈਡੀਐਲ ਅਪਲਾਈ ਕੀਤਾ ਹੋਇਆ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੀ ਈਮੇਲ ਵਰਤੀ ਗਈ ਹੈ ਫਿਰ ਤੁਸੀਂ ਜਿਹਦੀ ਹੈਲਪ ਲੈ ਕੇ ਲੋਨ ਅਪਲਾਈ ਕਰਵਾਇਆ ਉਹਦੇ ਨਾਲ ਸੰਪਰਕ ਕਰਕੇ ਉਹਦੇ ਕੋਲੋਂ ਆਪਣੀ ਈਮੇਲ ਤੇ ਅਕਾਊਂਟ ਦੀ ਐਕਸੈਸ ਲਓ ਤੇ ਜੇ ਨਹੀਂ ਪੋਸੀਬਲ ਹੈਗੀ ਫਿਰ ਐਟਲੀਸਟ ਤੁਹਾਡੇ ਕੋਲ ਐਪਲੀਕੇਸ਼ਨ ਨੰਬਰ ਹੋਣਾ ਚਾਹੀਦਾ ਤੇ ਐਪਲੀਕੇਸ਼ਨ ਨੰਬਰ ਦੇ ਨਾਲ ਤੁਸੀਂ ਬਾਅਦ ਵਿੱਚ ਐਸਬੀਓ ਨੂੰ ਕਾਲ ਕਰੋ ਉਹ ਤੁਹਾਨੂੰ ਵੈਰੀਫਾਈ ਕਰਨਗੇ ਤੇ ਤੁਹਾਨੂੰ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਦੱਸਣਗੇ ਹੁਣ ਇਹਦੇ ਵਿੱਚ ਇਹ ਹੈ ਕਿ ਜੇ ਸਾਡੀ ਈਮੇਲ ਲੱਭ ਨਹੀਂ ਰਹੀ ਸਾਨੂੰ ਮਿਲ ਨਹੀਂ ਰਹੀ ਉਹਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਹਾਨੂੰ ਐਸਬੀਏ ਨੂੰ ਕਾਲ ਕਰਨੀ ਪੈਣੀ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਜਿਹੜੇ ਮੈਂ ਪਾ ਦਾਂਗਾ ਅੱਗੇ ਵੀ ਜਿਹੜੀਆਂ ਗੱਲਾਂ ਕਰਨੀਆਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਐਸਬੀਏ ਦਾ ਨੰਬਰ ਪਾ ਦਾਂਗਾ ਜਿੱਥੇ ਤੁਸੀਂ ਕਾਲ ਕਰ ਸਕਦੇ ਆ ਤੇ ਮੰਨ ਕੇ ਚੱਲਣਾ ਪੈਣਾ ਤੁਹਾਨੂੰ ਕਿ ਤੁਹਾਨੂੰ ਕਾਫੀ ਵੇਟ ਟਾਈਮ ਕਰਨਾ ਕਰਨਾ ਪੈਣਾ 2-3 ਘੰਟੇ ਲੱਗ ਜਾਂਦੇ ਕਈ ਵਾਰੀ ਕੁਝ ਕਈ ਵਾਰੀ 10 ਮਿੰਟ ਦੇ ਵਿੱਚ ਕਾਲ ਆਨਸਰ ਹੋ ਜਾਂਦੀ ਹੈ ਕਈ ਵਾਰੀ 2 ਘੰਟੇ ਵੀ ਲੱਗ ਜਾਂਦੇ ਤੇ ਉਸ ਨੰਬਰ ਤੇ ਕਾਲ ਕਰਨੀ ਆਪਾਂ ਤੇ ਬੜੇ ਪਿਆਰ ਨਾਲ ਗੱਲ ਸੁਣਦੇ ਆ ਤੁਹਾਡੀ ਉਹਨਾਂ ਨੇ ਤੁਹਾਨੂੰ ਗਾਈਡ ਕਰ ਦੇਣਾ ਕਿ ਹਾਂਜੀ ਕਿ ਤੁਸੀਂ ਜਿਹੜਾ ਡੀਮੇਲ ਨਹੀਂ ਮਿਲ ਰਹੀ ਹੈਗੀ ਤੁਸੀਂ ਕਿਵੇਂ ਆਪਣਾ ਜਿਹੜੇ ਰਿਟਰੀਵ ਕਰਨਾ ਸਾਰਾ ਕੁਝ ਠੀਕ ਹੈ ਜੀ ਤੇ ਨੈਕਸਟ ਇੱਕ ਕੁਐਸਚਨ ਸੀਗਾ ਕਿ ਓਬਰ ਡਰਾਈਵਰ ਜਿਹੜੇ ਆ ਜਾਂ ਜਿਹੜੇ ਕਿ ਉਹ ਕਿਵੇਂ ਫੰਡਸ ਜਿਹੜੇ ਇਹਨਾਂ ਨੂੰ ਮਿਲ ਗਏ ਉਹ ਕਿਵੇਂ ਯੂਜ਼ ਕਰ ਸਕਦੇ ਆ ਇਹ ਬੜਾ ਗੁੱਡ ਕੁਐਸਚਨ ਸੀਗਾ ਕਿ ਮੋਸਟਲੀ ਜਿਹੜੀ EIDL ਗ੍ਰਾਂਟ ਆ ਇਹ ਤੁਹਾਡੇ ਬਿਜ਼ਨਸ ਦੇ ਵਿੱਚ ਯੂਜ਼ ਹੋਣੀ ਚਾਹੀਦੀ PPP ਦੀ ਗਾਈਡਲਾਈਨਸ ਅੱਡ ਨੇ EIDL ਜਿਹੜੀ ਆ ਉਹ ਥੋੜੇ ਵੱਖਰੇ ਤਰੀਕੇ ਨਾਲ ਕਿ ਆਪਣੇ ਬਿਜ਼ਨਸ ਦੇ ਵਿੱਚ ਜਿਹੜੇ ਹੋ ਐਕਸੈਸ ਆ ਉਹਨਾਂ ਨੂੰ ਪੂਰੇ ਕਰਨ ਵਾਸਤੇ ਬਿਜ਼ਨਸ ਦੀ ਐਕਸਪੈਂਸ਼ਨ ਵਾਸਤੇ ਆਪਣੀ ਬੁੱਕ ਕੀਪਿੰਗ ਵਾਸਤੇ ਤੇ ਜੇ ਜਿਵੇਂ ਜੇ ਕੋਈ ਉੱਪਰ ਵਰਕ ਕਰਿਆ ਉਹ ਆਪਣੀ ਕਾਰ ਪੇਮੈਂਟਸ ਵਗੈਰਾ ਜਿਣੀਆਂ ਸ਼ੁਰੂ ਕਰ ਦਿੰਦੇ ਨੇ ਅਕਾਊਂਟਿੰਗ ਆਪਣੀ ਜਿਹੜੀ ਕਰਦੇ ਆਫਿਸ ਦੇ ਐਕਸਪੈਂਸਸ ਸਪਲਾਈਜ਼ ਆ ਜੇ ਨਵਾਂ ਕੰਪਿਊਟਰ ਪ੍ਰਿੰਟਰ ਕੁਝ ਵੀ ਲੈਣੇ ਆ ਉਦੋਂ ਹੀ سارے ਆਫਿਸ ਦੇ ਐਕਸਪੈਂਸ ਜਿਹੜੇ ਆ ਉਹਦੇ ਵਾਸਤੇ ਤੁਸੀਂ ਇਹਨੂੰ ਈਆਈਡੀਲ ਨੂੰ ਯੂਜ਼ ਕਰ ਸਕਦੇ ਆ ਫਿਰ ਇੱਕ ਕੁਐਸਚਨ ਆਇਆ ਸੀਗਾ ਕਿ ਅ ਅਸੀਂ ਅਪਲਾਈ ਕੀਤਾ ਪਰ ਕੋਈ ਰਿਪਲਾਈ ਨਹੀਂ ਆਇਆ ਉਹਦੇ ਲਈ ਇਹ ਆ ਕਿ ਆਪਣਾ ਜੰਕ ਫੋਲਡਰ ਵੀ ਜ਼ਰੂਰ ਚੈੱਕ ਕਰੋ ਆਪਣਾ ਜਿਹੜਾ ਈਮੇਲ ਬਾਕਸਸ ਦਾ ਹੋ ਸਕਦਾ ਹੈ ਈਮੇਲ ਜਿਹੜੀ ਆ ਐਸ ਅ ਜੰਕ ਵਿੱਚ ਚਲੀ ਗਈ ਹੋਵੇ ਜੇ ਸਟਿਲ ਤਨ ਅਪਲਾਈ ਨਹੀਂ ਆਇਆ ਤੇ ਤਾਂ ਰਿਪਲਾਈ ਨਹੀਂ ਆਇਆ ਤੇ ਆਪਾਂ ਉਹੀ ਕੰਮ ਕਰਨਾ ਕਿ ਅਹੀਂ ਵਾਪਸ ਐਸਪੀਏ ਨੂੰ ਕਾਲ ਕਰਨੀ ਹੈ ਤੇ ਉਹਨਾਂ ਕੋਲੋਂ ਆਪਣੇ ਜਿਹੜੀ ਆ ਇਨਫੋਰਮੇਸ਼ਨ ਅਪਡੇਟ ਲੈਣੀ ਹੈ ਕਿ ਸਾਡੀ ਆਵਲੀ ਐਪਲੀਕੇਸ਼ਨ ਨੰਬਰ ਆ ਅਸੀਂ ਇਸ ਤਰੀਕ ਨੂੰ ਜਾਂ ਅੰਦਾਜ਼ਨ ਇਸ ਤਰੀਕ ਨੂੰ ਲੋਨ ਅਪਲਾਈ ਕੀਤਾ ਸੀਗਾ ਵੈਸੇ ਜਦੋਂ ਤੁਸੀਂ ਇਹਨਾਂ ਨੂੰ ਐਪਲੀਕੇਸ਼ਨ ਨੰਬਰ ਦੋਗੇ ਆਪਣੀ ਇਨਫੋਰਮੇਸ਼ਨ ਦੋਗੇ ਐਸਪੀਏ ਕੋਲ ਲਗਭਗ ਸਾਰੀ ਜਾਣਕਾਰੀ ਤੁਹਾਡੇ ਬਾਰੇ ਉਹਨਾਂ ਨੇ ਉਸੇ ਵੇਲੇ ਪੁੱਲ ਕਰ ਲੈਣੀ ਹੈ ਕਿ ਕੀ ਹੈ ਤੇ ਕੀ ਹੋਲਡ ਆ ਪਾ ਕਿੱਥੇ ਤੱਕ ਤੁਹਾਡਾ ਐਪਲੀਕੇਸ਼ਨ ਦਾ ਸਟੇਟਸ ਹੈਗਾ ਤੇ ਜਦੋਂ ਲੇਟੈਸਟ ਸਟੇਟਸ ਤੁਹਾਨੂੰ ਮਿਲ ਜਾਏਗਾ ਉਸ ਤੋਂ ਬਾਅਦ ਦਾ ਅਗਲਾ ਸਟੈਪ ਜਿਹੜਾ ਉਹ ਹੋਵੇਗਾ ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਜਿਹੜੇ ਜਿਨ੍ਹਾਂ ਨੇ ਵੀ ਬਹੁਤ ਪੋਜ਼ਿਟਿਵ ਕਮੈਂਟ ਕਰਕੇ ਤੇ ਹੋਰਨਾਂ ਦੀ ਹੈਲਪ ਕੀਤੀ ਆ ਉਹਨਾਂ ਦਾ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਜਿਵੇਂ ਕਿ ਇੱਕ ਵੀਰ ਰਜਵਾਨ ਸੀ ਬਾਈ ਸੀਗਾ ਉਹਨਾਂ ਨੇ ਵੀ ਬੜੀ ਹੀ ਬੜੀ ਵਧੀਆ ਜਾਣਕਾਰੀ ਜਿਹੜੀ ਆ ਟਿਕਟੌਕ ਦੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੇ ਦਿੱਤੀ ਆ ਕਿ ਇਹ ਜਿਹੜੀ ਈਮੇਲ ਦੇ ਰਿਗਾਰਡਿੰਗ ਜਿਹੜੀ ਮੈਂ ਲੇਟੈਸਟ ਈਮੇਲ ਟਿਕਟੋਕ ਦੇ ਉੱਤੇ ਜਿਹੜੀ ਪਾਈ ਸੀਗੀ ਵੀਡੀਓ ਉਹ ਸੀਗੀ ਟਾਰਗੇਟਡ ਗ੍ਰਾਂਟ 10k ਜਾਂ 5k ਵਾਲੀ ਇਹ ਜਿਹੜੀ ਇਹ ਗ੍ਰਾਂਟ ਜਿਹੜੀ ਆ ਇਹ ਈਆਈਡੀਆ ਲੋਨ ਨਾਲੋਂ ਥੋੜੀ ਡਿਫਰੈਂਟ ਆ ਭਾਵੇਂ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਤੇ ਉਹਨਾਂ ਦੇ ਲੋਅ ਇਨਕਮ ਕ੍ਰਾਈਟੇਰੀਆ ਨੂੰ ਮੈਟ ਕਰਦੇ ਆ ਤੇ 300 ਤੋਂ ਥੱਲੇ EMPLOYEES ਸੀਗੇ ਉਹ 10k ਵਾਸਤੇ ਕਰਦੇ ਸੀਗੇ ਐਲੀਜੀਬਲ ਜਿਨ੍ਹਾਂ ਨੇ 10 ਤੋਂ ਘੱਟ ਅਪਲਾਈ ਸੀਗੇ ਤੇ ਉਹ ਐਡੀਸ਼ਨਲ 5k ਵਾਸਤੇ ਵੀ ਇਸ ਗ੍ਰਾਂਟ ਵਾਸਤੇ ਐਲੀਜੀਬਲ ਹੋ ਜਾਂਦੇ ਸੀਗੇ ਤੇ EIDL ਲੋਨ ਜਿਹੜਾ ਵਾ ਹੁਣ ਪਿਛਲੇ ਸਾਲ ਸ਼ੁਰੂ ਹੋ ਕੇ ਤੇ ਇਸ ਸਾਲ ਤੱਕ ਪਹੁੰਚਦਾ ਪਹੁੰਚਦਾ ਉਹਦੇ ਵਿੱਚ ਬਹੁਤ ਸਾਰਾ ਵਾਸਟ ਹੋ ਗਿਆ ਉਹਦੇ ਵਿੱਚ ਬੜੇ ਇੰਡਰਨ ਆਊਟ ਨੇ ਬੜੀਆਂ ਉਹਦੀਆਂ ਕੰਡੀਸ਼ਨਸ ਕੁਝ ਕੰਪਲੈਕਸ ਹੋ ਗਈਆਂ ਕੁਝ ਈਜ਼ੀ ਹੋ ਗਈਆਂ ਤੇ ਤੁਸੀਂ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਇਹਨਾਂ ਚੀਜ਼ ਜਿਹੜੀ ਜਾਣਕਾਰੀ ਹੈ ਇਹਨੂੰ ਪ੍ਰੋਸੈਸ ਕਰ ਸਕਦੇ ਆ ਕਿ EIDL ਜਿਹੜਾ ਵਾ ਕੁਐਸਚਨ ਆਇਆ ਸੀਗਾ ਕਿ ਸਿਰਫ ਸਿਟੀਜ਼ਨ ਹੀ ਕਰ ਸਕਦੇ ਆ ਇਹ ਜ਼ਰੂਰੀ ਤੁਸੀਂ ਐਜ਼ ਲੌਂਗ ਐਜ਼ ਤੁਸੀਂ ਇੱਥੇ ਲੀਗਲ ਤੁਹਾਡਾ ਕੋ ਸੋਸ਼ਲ ਸਿਕਿਉਰਿਟੀ ਹੈ ਤੁਹਾਡਾ ਕੋ ਗ੍ਰੀਨ ਕਾਰਡ ਹੈ ਤੁਸੀਂ ਸਿਟੀਜ਼ਨ ਹੈ इवन ਭਾਵੇਂ ਤੁਸੀਂ ਵਰਕ ਪਰਮਿਟ ਹੈ ਤੁਹਾਡਾ ਕੋ ਸੋਸ਼ਲ ਸਿਕਿਉਰਿਟੀ ਹੈ ਤੇ ਤੁਸੀਂ ਫਿਰ ਵੀ ਈ ਆਈ ਡੀ ਐਲ ਅਪਲਾਈ ਕਰ ਸਕਦੇ ਐਜ਼ ਲੌਂਗ ਐਜ਼ ਇਹ ਫਰਾਡਲੈਂਟ ਐਕਟੀਵਿਟੀ ਨਹੀਂ ਹੈਗੀ ਨਹੀਂ ਤੇ ਤੁਸੀਂ ਆਪਣੇ ਵਾਸਤੇ ਬਹੁਤ ਵੱਡੀ ਟਰਬਲ ਖੜੀ ਕਰਨ ਜਾ ਰਹੇ ਆ ਜੇ ਤੁਸੀਂ ਇਹ ਫਰਡਲੈਂਡ ਐਕਟੀਵਿਟੀ ਦੇ ਅੰਡਰ ਇਹ ਲੋਨ ਦੀ ਟਰਾਈ ਕਰਦੇ ਆ ਈ ਆਈਡੀ ਹਾਲ ਤੇ ਚਲੋ ਫਿਰ ਵੀ ਲੋਨ ਹੈ ਜੇ ਪੀਪੀਪੀ ਦੇ ਵਿੱਚ ਤੁਸੀਂ ਛੋੜੀ ਮੋਟੀ ਵੀ ਤੁਸੀਂ ਫਰਡਲੈਂਡ ਐਕਟੀਵਿਟੀ ਕਰ ਰਹੇ ਆ ਤੇ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਖੜੀ ਕਰਨ ਲੱਗੇ ਆ ਆਉਣ ਵਾਲੇ ਫਿਊਚਰ ਦੇ ਵਿੱਚ ਇਸ ਕਰਕੇ ਇਹ ਇਹ ਜਿੰਨੀਆਂ ਵੀ ਜਿਹੜੀਆਂ ਗ੍ਰਾਂਟਸ ਨੇ ਜਿਉ ਵੀ ਹੈ ਇਹ ਸਾਰਾ ਗਵਰਨਮੈਂਟ ਵੱਲੋਂ ਆਮ ਲੋਕਾਂ ਦੀ ਹੈਲਪ ਵਾਸਤੇ ਬਣਾਇਆ ਗਿਆ ਕਿ ਜੇ ਪੈਂਡੈਮਿਕ ਤੋਂ ਬਾਅਦ ਜਿਹੜੇ ਹਾਲਾਤ ਬਣੇ ਸੀਗੇ ਇਸ ਕਰਕੇ ਇਹਨਾਂ ਦਾ ਬੜਾ ਵਾਈਜ਼ਲੀ ਇਹਨਾਂ ਦੀ ਯੂਜ਼ ਕਰਨੀ ਚਾਹੀਦੀ ਹੈ ਤੇ ਐਜ਼ ਲੌਂਗ ਐਜ਼ ਤੁਸੀਂ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਕੇ ਇਹ ਚੀਜ਼ਾਂ ਦਾ ਯੂਜ਼ ਕਰਦੇ ਆਂ ਤੇ ਕੋਈ ਪ੍ਰੋਬਲਮ ਨਹੀਂ ਭਾਵੇਂ ਤੁਸੀਂ ਫਰਕ ਪਰਮਟ ਤੇ ਆਂ ਭਾਵੇਂ ਸਟੇਟਸ ਕੋਈ ਵੀ ਹੈ ਤੁਹਾਡਾ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਫਾਇਦਾ ਲੈ ਸਕਦੇ ਆਂ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਤੁਹਾਨੂੰ ਅਜੇ ਸਟੇਟਸ ਦਾ ਜਾਂ ਇਸ਼ੂ ਆ ਰਿਹਾ ਹੈ ਤਾਂ ਤੁਸੀਂ immigrantmind20@gmail.com ਤੇ ਮੈਨੂੰ ਮੇਲ ਕਰ ਸਕਦੇ ਆਂ ਮੇਰੇ ਟਿਕਟੌਕ ਦੇ ਉੱਤੇ ਤੁਸੀਂ ਮੈਨੂੰ ਪਰਸਨਲ ਮੈਸੇਜ ਕਰਕੇ ਆਪਣਾ ਨੰਬਰ ਜ਼ਰੂਰ ਛੱਡੋ ਤਾਂ ਕਿ ਫੇਰੀ ਮੈਂ ਤੁਹਾਡੇ ਦੇ ਨਾਲ ਰੀਚ ਆਊਟ ਕਰਕੇ ਤੁਹਾਡੀ ਹੈਲਪ ਕਰ ਸਕਦਾ। ਥੈਂਕ ਯੂ ਜੀ ਮਿਲਦੇ ਆਂ ਇਹਦੇ ਤੇ ਹੋਰ ਡੀਟੇਲਸ ਵੀਡੀਓ ਜਿਹੜੀਆਂ ਮੈਂ ਪਾਉਂਦਾ ਰਵਾਂਗਾ ਹੁਣ ਬੈਕ ਟੂ ਬੈਕ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਅਪ ਟੂ ਡੇਟ ਰਹਿ ਸਕਦੇ ਆ ਮੇਰੇ ਨਾਲ ਥੈਂਕ ਯੂ ਬਾਏ